ਬ੍ਰੇਕ ਮਾਰੀ ਹੈ। ਹਾਂਜੀ ਹਾਂ ਬਿਲਕੁਲ ਬਿਲਕੁਲ, ਪ੍ਰੋਪਰ ਪ੍ਰੀ ਪਲੈਨਡ ਬ੍ਰੇਕ ਮਾਰੀ ਹੈ। ਇੱਦਾਂ ਕੁਛ ਨਹੀਂ ਹੈਗਾ ਕਿ ਉਹ ਪੈਂਚਰ ਹੋ ਗਈ ਜਾਂ ਉਹ ਸਾਈਡ ਤੇ ਖੜੀ ਜਾਂ ਖਰਾਬ ਸੀ ਜਾਂ ਉਹਨੂੰ ਸਾਈਡ ਤੇ ਲਾਈ, ਇਦਾਂ ਦਾ ਕੁਛ ਨਹੀਂ ਹੈਗਾ। ਸਾਰਾ ਕੁਝ ਅਸੀਂ ਵੀਡੀਓ ਬਣਾ ਕੇ ਲਿਆ, ਸਾਡੇ ਕੋਲ ਉਹਦੀਆਂ ਫੋਟੋਆਂ ਨੇ, ਐਵੀਡੈਂਸ ਆ ਪ੍ਰੋਪਰ, ਔਰ ਪੁਲਿਸ ਉਹਦੇ ਖੜੀ ਆ। ਔਰ ਮੈਨੂੰ ਨਹੀਂ ਲੱਗਦਾ ਵੀ 4 ਦਿਨਾਂ ਤੱਕ ਵੀ ਉਹ ਮਿਟੇ ਜ਼ਮੀਨ ਆ ਪਵੇ ਤਾਂ, ਇੰਨੀ ਬ੍ਰੇਕ ਜ਼ੋਰ ਦੀ ਮਾਰੀ ਹੋਈ ਯਾਰ। 22 ਚੱਕੀ ਗੱਡੀ ਆ, ਮੈਨੂੰ ਮੈਂ ਇਸ ਗੱਲ ਦਾ ਦਾਅਵਾ ਕਰਨਾ ਕਿ ਉਸ ਗੱਡੀ ਦੇ ਪਿੱਛੇ ਜੋ ਮਰਜ਼ੀ ਵੱਜੇ ਕਿਸੇ ਨੂੰ ਕੁਛ ਨਹੀਂ ਹੁੰਦਾ, ਉਹ ਪਿਛਲੇ ਹੀ ਮਰੂਗਾ, ਅਗਲੇ ਨੂੰ ਕੁਛ ਨਹੀਂ ਹੁੰਦਾ। 22 ਚੱਕੀ ਗੱਡੀ ਆ, ਫੁੱਲ ਲੋਡਡ ਆ ਟਰੱਕ, ਉਹਨੂੰ ਕੀ ਹੋਣਾ ਹੈ, ਹੈਵੀ ਐਂਗਲ ਲੱਗੇ ਹੁੰਦੇ ਨੇ ਪਿੱਛੇ। ਜਦੋਂ ਇਹ ਖਬਰ ਵੀ ਆਈ ਸੀ ਤਾਂ ਹਰ ਵਿਅਕਤੀ ਇਹ ਸਟੇਟਸ ਪਾ ਰਿਹਾ ਸੀ ਵੀ ਇਹ ਝੂਠ ਹੋਵੇ, ਸੱਚ ਨਾ ਹੋਵੇ। ਆ ਦੇਖ ਰਹੇ ਹੋ ਤੁਸੀਂ, ਕੈਮਰਾਮੈਨ ਸਾਥੀ ਨੂੰ ਕਹੋਗੇ ਜਰਾ ਜ਼ੂਮ ਕਰਕੇ ਦਿਖਾਇਆ ਜਾਵੇ। ਕਮ ਤੋਂ ਕਮ 25 ਦੀ 30 ਫੁੱਟ ਲੰਮੀ ਹੈ ਜੀ ਬ੍ਰੇਕ ਇਹ, ਉਸ ਤੋਂ ਵੀ ਵੱਧ ਹੋਊਗੀ, 30 ਫੁੱਟ ਤੋਂ ਵੀ ਜ਼ਿਆਦਾ ਹੋਊ, ਜ਼ਿਆਦੀ ਆ ਜ਼ਿਆਦੀ। ਤਾਂ ਇਹ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਲਾਈਟ ਆਉਂਦੀ ਇੱਥੋਂ ਪਿੱਛੋਂ ਤੋੜ, ਇਹ ਗੱਡੀ ਆ ਤੁਸੀਂ ਦੇਖ ਸਕਦੇ ਹੋ, ਇੱਕ ਆਹ ਲਾਈਨ ਆ, ਇੱਕ ਆਹ ਲਾਈਨ ਆ, ਉਹਦੇ ਸੈਂਟਰ ਦੇ ਵਿੱਚ ਇਹ ਬ੍ਰੇਕ ਵੱਜੀ ਹੋਈ। ਔਰ ਇਹ ਜਿਹੜੀ ਜਿਹੜੀ ਇਹ 22 ਚੱਕੀ ਗੱਡੀ ਹੁੰਦੀ, ਉਹਦੇ ਪਿਛਲੇ ਟਾਇਰ ਚੱਕਣ ਵਾਲੇ ਹੁੰਦੇ ਨੇ, ਉਹ ਟਾਇਰ ਜਿਹੜੇ ਨੇ ਜ਼ਿਆਦਾਤਰ ਕਮਜ਼ੋਰ ਟਾਇਰ ਹੁੰਦੇ ਨੇ, ਕੋਈ ਚੱਕ ਕੇ ਰੱਖਦੇ ਨੇ, ਅਤੇ ਉਹ ਟਾਇਰ ਲੈ ਜਾਣ, ਚਾਹੇ ਉਹਦੇ ਰਿਮ ਵੀ ਟੁੱਟ ਜਾਣ, ਤਾਂ ਵੀ ਟਰੱਕ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਇਸ ਤਰ੍ਹਾਂ ਟਰੱਕ ਨੂੰ ਬ੍ਰੇਕ ਮਾਰਨੀ ਪਵੇ ਐਮਰਜੈਂਸੀ, ਜੇ ਪਿਛਲਾ ਕੋਈ ਟਾਇਰ ਪੈਂਚਰ ਹੋ ਜੇ, ਅਗਲੇ ਟਾਇਰ ਪਾਟ ਜਾਣ, ਪੈਂਚਰ ਹੋ ਜਾਣ, ਅਤੇ ਉਹ ਖੁਦ ਗੱਡੀ ਪਲਟ ਸਕਦੀ, ਉਹਦਾ ਆਪਣਾ ਨੁਕਸਾਨ ਹੋ ਸਕਦਾ, ਫਿਰ ਪਿੱਛੇ ਐਕਸੀਡੈਂਟ ਹੋ ਸਕਦਾ, ਕੋਈ ਵੀ ਹਾਦਸਾ ਵਾਪਰ ਸਕਦਾ, ਪਰ ਅੱਗੇ ਤੁਹਾਨੂੰ ਕੁਛ ਹੈ ਹੀ ਨਹੀਂ, ਉਹ ਚੱਲ ਕੇ ਪਰਲੇ ਪਾਸੇ ਗਈ ਹੈ। ਇਸੇ ਗੱਲ ਕਰਕੇ ਤਾਂ ਅਸੀਂ ਕਹਿਣ ਡੇ ਹਾਂ ਕਿ ਉਹਦੀ ਰੈਕੀ ਕੀਤੀ ਗਈ ਆ, ਪ੍ਰੋਪਰ ਰੈਕੀ ਕਰਕੇ ਉਹਨੂੰ ਪ੍ਰੀ ਪਲੈਨ ਮਾਰਿਆ ਗਿਆ ਹੈ ਦੀਪ। ਔਰ ਸਾਨੂੰ ਇਹ ਵੀ ਪਤਾ ਵੀ ਇਹਦਾ ਸਾਡਾ ਕੁਛ ਨਹੀਂ ਮਿਲਣਾ ਹੈਗਾ, ਅਸੀਂ ਡੈਡ ਬੋਡੀ ਲਿਜਾ ਸਕਦੇ ਹਾਂ, ਬਸ ਸਾਡੇ ਪਹਿਲੇ ਕੁਛ ਨਹੀਂ ਪੈਣਾ। ਇਹ ਤਾਂ ਹਿਸਟਰੀ ਹੈ ਸਾਡੀ 1947 ਤੋਂ ਲੈ ਕੇ ਅੱਜ ਤੱਕ।